ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਗੰਨੇ ਦੇ ਬਕਾਏ ਨੂੰ ਲੈ ਕੇ ਗੰਨਾ ਕਾਸ਼ਤਕਾਰ ਕਿਸਾਨਾਂ ਦੀ ਹਦਾਇਤ 'ਚ ਗੰਨਾ ਮਿੱਲ ਮੋਰਿੰਡਾ ਦੇ ਸਾਹਮਣੇ 3 ਨਵੰਬਰ ਨੂੰ ਰੋਸ ਧਰਨਾ ਲਗਾਇਆ ਜਾ ਰਿਹਾ ਹੈ। ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਸ ਧਰਨੇ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ। ਇਸ ਮੌਕੇ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਇਸ ਧਰਨੇ ਦੇ ਮੌਕੇ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਹੁੰਚ ਰਹੇ ਨੇ। ਕੱਲ ਡੇਰਾ ਬਾਬਾ ਨਾਨਕ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਆਗਾਜ਼ ਕੀਤਾ ਔਰ ਉਹਦਾ ਸ਼ਿਲਾਨਿਆਸ ਕੀਤਾ ਭਾਰਤ ਦੇ ਉਪ ਰਾਸ਼ਟਰਪਤੀ ਨੇ। ਉਹ ਇੱਕ ਬੜਾ ਇਤਿਹਾਸਕ ਅਤੇ ਬੜਾ ਖੁਸ਼ੀ ਵਾਲਾ ਮਾਹੌਲ ਸੀ ਔਰ ਅੱਛਾ ਮੌਕਾ ਸੀ। ਪਰ ਦੁੱਖ ਇਸ ਗੱਲ ਦਾ ਕਿ ਬਾਬੇ ਨਾਨਕ ਦੀ ਵਿਚਾਰਧਾਰਾ ਜਿਹੜੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ, ਬਾਬੇ ਨਾਨਕ ਦੀ ਵਿਚਾਰਧਾਰਾ ਜਿਹੜੀ ਸਭਨਾਂ ਨੂੰ ਜੋੜਨ ਦੀ ਅਤੇ ਸਭਨਾਂ ਨੂੰ ਨਾਲ ਲੈ ਕੇ ਚੱਲਣ ਦੀ ਵਿਚਾਰਧਾਰਾ, ਉਸ ਵਿਚਾਰਧਾਰਾ 'ਤੇ ਵੀ ਇੱਕ ਕਿਸਮ ਦੀਆਂ ਉਂਗਲਾਂ ਉਠਾਈਆਂ ਗਈਆਂ ਕਾਂਗਰਸ ਦੀ ਲੀਡਰਸ਼ਿਪ ਵੱਲੋਂ। ਜਿਹੜੀ ਪਵਿੱਤਰ ਚਾਦਰ ਜਿਹੜੀ ਪਿੱਛੇ ਛੱਡ ਕੇ ਗਏ ਬਾਬਾ ਜੀ, ਉਹਦੇ ਸੰਬੰਧੀ ਉਹਨੂੰ ਇੱਕ ਵਿਵਾਦ ਦੀ, ਉਹਨੂੰ ਦੋ ਕੌਮਾਂ 'ਚ ਟਕਰਾਅ ਦੀ ਨੀਂਹ ਕਹਿਣਾ ਸੁਨੀਲ ਜਾਖੜ ਜੀ ਵੱਲੋਂ ਜਾਂ ਰੰਧਾਵਾ ਸਾਹਿਬ ਜਿਹੜੇ ਮੰਤਰੀ ਨੇ ਉਹਨਾਂ ਵੱਲੋਂ, ਉਹ ਮੈਂ ਸਮਝਦਾ ਬਾਬੇ ਨਾਨਕ ਦੀ ਉਸ ਜਿਹੜੀ ਜੋੜਨ ਦੀ ਸਮਾਜ 'ਚ ਵਿਵਾਦ ਘਟਾਉਣ ਦਾ ਇੱਕ ਤਰੀਕਾ ਸੀ, ਉਹਨੂੰ ਨਿੰਦਣ ਦੀ ਉਹਨਾਂ ਦੇ ਸ਼ਬਦ ਸੀ ਜਿਹਦਾ ਜਿਹਨੇ ਬਹੁਤ ਵੱਡਾ ਦੁੱਖ ਪਹੁੰਚਾਇਆ ਸਾਡੇ 'ਤੇ। ਔਰ ਐਸੇ ਸਮੇਂ ਸਿਆਸਤ ਨਹੀਂ ਸੀ ਕਰਨੀ ਚਾਹੀਦੀ, ਐਸੇ ਸਮੇਂ ਰਾਜਸੀ ਰੋਟੀਆਂ ਸੇਕਣਾ, ਐਸੇ ਟਾਈਮ ਸਿਆਸੀ ਵਿਚਾਰ ਗੱਲਾਂ ਕਰਨੀਆਂ ਕਿਸੇ ਤਰ੍ਹਾਂ ਵੀ ਸ਼ੋਭਾ ਨਹੀਂ ਸੀ ਦਿੰਦੀਆਂ। ਪਰ ਦੁੱਖ ਇਸ ਗੱਲ ਦਾ ਵੀ ਪੰਜਾਬ ਦੇ ਵਜ਼ੀਰ ਰੰਧਾਵਾ ਸਾਹਿਬ ਨੇ ਜਿਹੜਾ ਉੱਥੇ ਨੀਂਹ ਪੱਥਰ ਰੱਖਿਆ ਸਟੋਨ ਸੀ, ਉਹਦੇ 'ਤੇ ਕਦੇ ਚੇਪੀਆਂ ਲਾਈਆਂ, ਕਦੇ ਕਿਸੇ ਦੇ ਨਾਂ ਲਾ ਦਿਓ, ਕਿਸੇ ਦੇ ਹਟਾ ਦਿਓ, ਇਹ ਰਾਜਨੀਤੀ ਕਰਕੇ ਇੱਕ ਹਉਮੈ ਅਤੇ ਹੰਕਾਰ ਦੀ ਰਾਜਨੀਤੀ ਦੇ ਸੰਕੇਤ ਦਿੱਤੇ ਨੇ, ਜਿਹਦੇ ਗੁਰੂ ਨਾਨਕ ਦੇਵ ਸਾਹਿਬ ਨੇ ਜਿਹਨੂੰ ਹਮੇਸ਼ਾ ਹੀ ਨਿੰਦਿਆ। ਗੁਰੂ ਨਾਨਕ ਦੇਵ ਸਾਹਿਬ ਤਾਂ ਮਿੱਠਤ ਨੀਵੀ ਨਾਨਕਾ ਗੁਣ ਚ ਗਈਆਂ ਤਦ ਪ੍ਰੋਗਰਾਮ 'ਚ ਨਹੀਂ ਗਏ। ਕੀ ਲੱਗਦਾ ਕਾਂਗਰਸ ਸਭ ਕੁਛ ਸਹੀ ਹੈ ਜੀ? ਕਾਂਗਰਸ ਸਭ ਸਹੀ ਤਾਂ ਲੱਗੇ ਨਹੀਂ ਰਿਹਾ, ਕਿਉਂਕਿ ਕਾਂਗਰਸ ਦਾ ਇੱਕ ਕੈਬਨਿਟ ਦਾ ਵਜ਼ੀਰ ਕਹਿੰਦਾ ਮੈਂ ਪਾਕਿਸਤਾਨ ਜਾਣਾ, ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਨਹੀਂ ਜਾਣਾ। ਔਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਾਂਗਾ ਵੀ ਉਹਨੂੰ ਐਸੇ ਮੌਕੇ ਪਾਕਿਸਤਾਨ ਜਾਣਾ ਚਾਹੀਦਾ ਸੀ। ਪਾਕਿਸਤਾਨ ਨਾ ਜਾਣ ਦੀ ਗੱਲ ਜਿਹੜੀ ਉਹਨਾਂ ਦੀ ਦਲੀਲ ਆ, ਉਹ ਮਤਲਬ ਕਿਸੇ ਤਰ੍ਹਾਂ ਜਾਏਗੀ, ਕਿਉਂਕਿ ਅਸੀਂ ਸ਼ੌਂਕ ਨਾਲ ਲੜਾਈ ਨਹੀਂ ਲੜਦੇ। ਅਸੀਂ ਕਦੇ ਵੀ ਸ਼ੌਂਕ ਨਾਲ ਪਾਕਿਸਤਾਨ ਨਾਲ ਜੰਗ ਨਹੀਂ ਲੜੀ, ਪਰ ਮਜਬੂਰੀ ਵੱਲ ਜੰਗਾਂ ਲੜੀਆਂ। ਅਸੀਂ ਅਮਨ ਸ਼ਾਂਤੀ ਦੇ ਵਧਾਈ ਹਾਂ ਔਰ ਇਹ ਸੱਚ ਆ ਕਿ ਦੋਵੇਂ ਦੇਸ਼ਾਂ ਵਿੱਚ ਜਿੰਨਾ ਸਦਭਾਵਨਾ ਦਾ ਮਾਹੌਲ ਹੋਏਗਾ, ਕੜੱਤਣ ਖਤਮ ਹੋਏਗੀ, ਵਿਵਾਦ ਟਕਰਾਅ ਖਤਮ ਹੋਏਗਾ, ਉਹਦਾ ਫਾਇਦਾ ਦੋਵੇਂ ਮੁਲਕਾਂ ਦੇ ਲੋਕਾਂ ਨੂੰ ਹੋਣਾ, ਦੋਵੇਂ ਮੁਲਕਾਂ ਨੂੰ ਹੋਣਾ। ਪਰ ਸਭ ਤੋਂ ਵੱਧ ਫਾਇਦਾ ਜੇ ਕਿਸੇ ਨੂੰ ਹੋਣਾ ਤਾਂ ਪੰਜਾਬ ਨੂੰ ਹੋਣਾ, ਕਿਉਂਕਿ ਜਦੋਂ ਵੀ ਵਿਵਾਦ ਟਕਰਾਅ ਤਣਾਅ ਆਉਂਦਾ ਉਹਦਾ ਸਭ ਤੋਂ ਵੱਡਾ ਨੁਕਸਾਨ ਜਾਨੀ ਵੀ ਮਾਲੀ ਵੀ ਪੰਜਾਬ ਨੂੰ ਹੁੰਦਾ। ਬਟਵਾਰੇ ਵੇਲੇ ਵੀ ਹੋਇਆ, ਬਟਵਾਰੇ ਤੋਂ ਬਾਅਦ ਅੱਜ ਤੱਕ ਹੁੰਦਾ ਰਹੇਗਾ। ਸੋ ਸਰਹੱਦਾਂ 'ਤੇ ਜਿੰਨਾ ਤਣਾਅ ਘਟੇਗਾ ਉਨਾ ਸਭ ਤੋਂ ਵੱਧ ਲਾਹਾ ਪੰਜਾਬ ਨੂੰ ਹੋਣਾ। ਸੋ ਮੁੱਖ ਮੰਤਰੀ ਪੰਜਾਬ ਦੇ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਸਭ ਤੋਂ ਪਹਿਲੀ ਡਿਊਟੀ ਆ ਕਿ ਉਹ ਇਹ ਟਕਰਾਅ ਅਤੇ ਵਿਵਾਦ ਨੂੰ ਘਟਾਉਣ ਵਿੱਚ ਜੇ ਕਿਤੇ ਹਿੱਸਾ ਪਾ ਸਕੇ ਤਾਂ ਪਾਉਣਾ ਚਾਹੀਦਾ। ਅਸੀਂ ਸ਼ੌਂਕ ਨਾਲ ਲੜਾਈਆਂ ਨਹੀਂ ਲੜਦੇ, ਮਜ਼ਬੂਰੀ ਵੱਲ ਲੜਾਈਆਂ ਲੜਨੀਆਂ ਪੈਂਦੀਆਂ, ਉਹ ਆਪਣੀ ਇੱਜ਼ਤ ਲਈ, ਆਪਣੀ ਸੁਰੱਖਿਆ ਲਈ, ਆਪਣੇ ਦੇਸ਼ ਲਈ।